सो डियर स्टूडेंट्स, अपने नेक्स्ट पोर्शन ऑफ लैक्चर दे विच चलते हैं आपां। सो पिछले जिहड़ा फर्स्ट पार्ट सीगा तुहाडे लैक्चर दा, उहदे विच असी डिस्कस कीता सीगा अबाउट पोर्टेबल ड्रिलिंग मशीनस, जिहदियां आपां तीन टाइप्स स्टडी कीतियां सी। जिहड़ी कि सब तो पहली टाइप है पोर्टेबल ड्रिलिंग मशीन दी, हैंड ब्रेस, ठीक है जी। उस तो बाद नैक्सट जिहड़ी टाइप सीगी आपां स्टडी कीती ब्रीस्ट प्लेट दी, ठीक है जी। एंड उस तो बाद असी स्टडी किया इलैक्ट्रिक और न्यूमैटिक ड्रिलिंग मशीन, जिहड़ी कि आप इलैक्ट्रिकली या फिर न्यूमैटिकली ओपरेट कर सकते हैं। न्यूमैटिकली मीनस आप कंप्रैसड एयर यूज करते हैं एज ए सोर्स ऑफ पावर, एंड उस पावर उन्हू आप फरदर अपने की कहें स्पिंडल ते ड्रिल बिट नू रोटेट करने दे लई यूज करते हैं, ठीक है जी। सो ਇਹਦੇ ਵਿੱਚ ਬੇਸਿਕ ਜਿਹੜਾ ਡਿਫਰੈਂਸ ਸੀਗਾ ਬ੍ਰੀਸਟ ਡ੍ਰਿਲ ਤੇ ਹੈਂਡ ਡ੍ਰਿਲ ਦੇ ਵਿੱਚ ਉਹ ਇਹੀ ਸੀਗਾ ਵੀ ਇਹਦੇ ਚ ਆਪਾਂ 6 mm ਤੱਕ ਦਾ ਹੋਲ ਹੀ ਡ੍ਰਿਲ ਕਰ ਸਕਦੇ ਹਾਂ, ਬਿਕੋਜ਼ ਇੰਨਾ ਜ਼ਿਆਦਾ ਆਪਾਂ ਪ੍ਰੈਸ਼ਰ ਨਹੀਂ ਅਪਲਾਈ ਕਰ ਸਕਦੇ, ਕਿਉਂਕਿ ਆਪਾਂ ਨੂੰ ਪ੍ਰੈਸ਼ਰ ਅਪਲਾਈ ਕਰਨ ਦੇ ਲਈ ਕੋਈ ਇੱਥੇ ਪੋਜੀਸ਼ਨ ਨਹੀਂ ਮਿਲਦੀ। ਬਟ ਜਦਕਿ ਬ੍ਰੀਸਟ ਪਲੇਟ ਦੇ ਵਿੱਚ ਆਪਾਂ ਇੱਥੇ ਇੱਕ ਪਲੇਟ ਲਗਾਈ ਹੈ ਜਿਹਦੇ ਨਾਲ ਆਪਾਂ ਜ਼ਿਆਦਾ ਪ੍ਰੈਸ਼ਰ ਅਪਲਾਈ ਕਰ ਸਕਦੇ ਹਾਂ, ਤੇ ਉਹਦੇ ਨਾਲ ਕੀ ਹੁੰਦਾ ਆ 12 mm ਤੱਕ ਦਾ ਜਿਹੜਾ ਹੋਲ ਆ ਉਹ ਆਪਾਂ ਡ੍ਰਿਲ ਕਰ ਸਕਦੇ ਹਾਂ। ਸੋ ਸਟੂਡੈਂਟਸ, ਨੈਕਸਟ ਜਿਹੜੀ ਆਪਣੀ ਟਾਈਪ ਆ ਬੈਂਚ ਡ੍ਰਿਲਿੰਗ ਮਸ਼ੀਨ ਦੀ, ਉਹ ਆਪਾਂ ਸਟੱਡੀ ਕਰਨ ਜਾ ਰਹੇ ਹਾਂ। ਸੋ ਇਹ ਹੈ ਜੀ ਬੈਂਚ ਡ੍ਰਿਲਿੰਗ ਮਸ਼ੀਨ। ਕਾਫੀ ਸਾਰੀਆਂ ਵਰਕਸ਼ਾਪਸ ਤੇ ਫੈਕਟਰੀਜ਼ ਦੇ ਵਿੱਚ ਇਹ ਤੁਸੀਂ ਮਸ਼ੀਨ ਤੁਹਾਨੂੰ ਜਿਹੜੀ ਆ ਦੇਖਣ ਨੂੰ ਮਿਲ ਸਕਦੀ ਆ। ਇਹ ਇਹਦਾ ਇੱਕ ਰੀਅਲਿਸਟਿਕ ਵਿਊ ਆ, ਐਂਡ ਇਹਦਾ ਮਕੈਨੀਕਲ ਵਿਊ ਆ ਜਿਹਦੇ ਵਿੱਚ ਆਪਾਂ ਸਾਰੇ ਮਕੈਨਿਜ਼ਮ ਸਮਝਨੇ ਆ ਕਿਹੜੇ ਕਿਹੜੇ ਪਾਰਟਸ ਨੇ, ਠੀਕ ਹੈ ਜੀ। ਸਭ ਤੋਂ ਪਹਿਲਾਂ ਇੱਕ ਬੇਸ ਆ, ਠੀਕ ਹੈ ਜੀ। ਬੇਸ ਤੋਂ ਬਾਅਦ ਇਹ ਸਾਡਾ ਹੈਗਾ ਜੀ ਵਰਟੀਕਲ ਕਾਲਮ, ਠੀਕ ਹੈ। ਵਰਟੀਕਲ ਕਾਲਮ ਦੇ ਉੱਪਰ ਇੱਕ ਸੈਟਅਪ ਮਾਊਂਟ ਕੀਤਾ ਗਿਆ ਹੈ, ਜਿੱਥੇ ਬਿਲਕੁਲ ਰਾਈਟ ਸਾਈਡ ਤੁਸੀਂ ਦੇਖ ਰਹੇ ਹੋ ਇਹ ਆ ਮੋਟਰ। ਮੋਟਰ ਦੇ ਉੱਪਰ ਤਿੰਨ ਚਾਰ ਜਿਹੜੀਆਂ ਆ ਪੁਲੀਜ਼ ਲੱਗੀਆਂ ਹੁੰਦੀਆਂ ਆ ਵਿਦ ਡਿਫਰੈਂਟ ਡਾਇਮੀਟਰਸ, ਠੀਕ ਹੈ ਜੀ। ਐਂਡ ਮੋਟਰ ਦੇ ਬਿਲਕੁਲ ਕੋਰਸਪੋਂਡੈਂਸ ਉਹਦੇ ਸਾਹਮਣੇ ਇਸ ਜਗ੍ਹਾ ਤੇ ਵੀ ਜਿੱਥੇ ਸਪਿੰਡਲ ਲੱਗਾ ਆ, ਸਪਿੰਡਲ ਦੇ ਟੋਪ ਤੇ ਵੀ ਆਪਾਂ ਤਿੰਨ ਚਾਰ ਪੁਲੀਜ਼ ਲਗਾਈਆਂ ਹੋਈਆਂ ਆ ਵਿਦ ਡਿਫਰੈਂਟ ਡਾਇਮੀਟਰਸ। ਹੁਣ ਬੇਸਿਕਲੀ ਹੁੰਦਾ ਕੀ ਆ, ਇਸ ਮਸ਼ੀਨ ਦੇ ਵਿੱਚ ਸਾਨੂੰ ਅਲੱਗ ਅਲੱਗ ਆਰ ਪੀ ਐਮ ਦੀ ਲੋੜ ਪੈਂਦੀ ਆ, ਡਿਪੈਂਡ ਕਰਦਾ ਆ ਆਪਾਂ ਕਿਸ ਟਾਈਪ ਆਫ ਵਰਕ ਕਰ ਰਹੇ ਹਾਂ, ਕਿਹੜਾ ਵਰਕ ਕਰ ਰਹੇ ਹਾਂ, ਔਰ ਆਪਾਂ ਕਿੰਨੇ ਕਿਹੜੀ ਸ਼ੀਟ ਤੇ ਕੰਮ ਕਰਨਾ ਹੈ, 5 mm ਦੀ, 10 mm ਦੀ, ਠੀਕ ਹੈ ਜੀ। ਸੋ ਸ਼ੀਟ ਦੀ ਥਿਕਨੈਸ ਦੇ ਹਿਸਾਬ ਨਾਲ ਜਾਂ ਫਿਰ ਵਰਕ ਕਿੰਨਾ ਹੈਵੀ ਆ ਕਿੰਨਾ ਲਾਈਟ ਆ ਉਹਦੇ ਹਿਸਾਬ ਦੇ ਨਾਲ ਆਪਾਂ ਕੀ ਕਰਦੇ ਹਾਂ, ਅਲੱਗ ਅਲੱਗ ਜਿਹੜੀਆਂ ਸਪੀਡਸ ਤੇ ਕੰਮ ਕਰਦੇ ਹਾਂ। ਹੁਣ ਇਹ ਵਾਲਾ ਜਿਹੜਾ ਡਿਸਟੈਂਸ ਆ ਸਪਿੰਡਲ ਦਾ ਤੇ ਮੋਟਰ ਦਾ, ਇਸ ਮੋਟਰ ਨੇ ਜਿਹੜੀ ਡਰਾਈਵ ਦੇਣੀ ਆ ਇਸ ਸਪਿੰਡਲ ਨੂੰ। ਹੁਣ ਇਹ ਜਿਹੜੀ ਡਰਾਈਵ ਇਹਨੂੰ ਦੇ ਪਾ ਰਿਹਾ ਕਿੱਦਾਂ ਦੇ ਪਾ ਰਿਹਾ, ਵਿਦ ਦੀ ਹੈਲਪ ਆਫ ਵੀ ਬੈਲਟ। ਇੱਥੇ ਇੱਕ ਬੈਲਟ ਲਗਾਈ ਗਈ ਹੈ, ਠੀਕ ਹੈ ਜੀ। ਬੈਲਟ ਦੀ ਹੈਲਪ ਦੇ ਨਾਲ ਜਦੋਂ ਮੋਟਰ ਰੋਟੇਟ ਕਰਦੀ ਆ ਤਾਂ ਸਪਿੰਡਲ ਵੀ ਰੋਟੇਟ ਕਰਦਾ ਆ, ਠੀਕ ਹੈ ਜੀ। ਇਹ ਤੁਸੀਂ ਦੇਖ ਪਾ ਰਹੇ ਹੋ ਇਹ ਹੈਗਾ ਜੀ ਫੀਡ ਹੈਂਡਲ। ਇਹ ਕੀ ਕਰਦਾ ਆ, ਜਿਹੜਾ ਸਪਿੰਡਲ ਆ, ਠੀਕ ਹੈ, ਉਹਨੂੰ ਉੱਪਰ ਨੀਚੇ ਮੂਵ ਕਰਵਾਉਂਦਾ ਆ। ਇਹ ਇੱਕ ਟੇਬਲ ਆ ਜਿਹਦੇ ਉੱਪਰ ਅਸੀਂ ਆਪਣਾ ਵਰਕਪੀਸ ਮਾਊਂਟ ਕਰਦੇ ਹਾਂ, ਠੀਕ ਹੈ ਜੀ। ਇਹ ਜਿਹੜਾ ਟੇਬਲ ਆ ਕਲੈਂਪ ਦੇ ਨਾਲ ਅਟੈਚਡ ਆ, ਇਹਦੀ ਹਾਈਟ ਨੂੰ ਵੀ ਆਪਾਂ ਐਡਜਸਟ ਕਰ ਸਕਦੇ ਹਾਂ, ਠੀਕ ਹੈ ਜੀ। ਬੈਂਚ ਡ੍ਰਿਲਿੰਗ ਮਸ਼ੀਨ ਦੀ ਵਰਕਿੰਗ ਤੁਸੀਂ ਦੇਖ ਪਾ ਰਹੇ ਹੋ, ਠੀਕ ਹੈ ਜੀ। ਇਹਨੂੰ ਨੋਟ ਕਰ ਲੈਣਾ ਆਪਣੇ ਲੈਕਚਰ ਦੇ ਵਿੱਚ ਪੌਜ਼ ਕਰਕੇ। ਹੁਣ ਇਹ ਜਿਹੜਾ ਐਕਚੁਅਲ ਮਕੈਨਿਜ਼ਮ ਆ ਬੈਂਚ ਡ੍ਰਿਲਿੰਗ ਮਸ਼ੀਨ ਦਾ, ਇੱਥੇ ਤੁਸੀਂ ਦੇਖ ਪਾ ਰਹੇ ਹੋ ਇਲੈਕਟ੍ਰਿਕ ਮੋਟਰ ਹੈ। ਨੀਚੇ ਇਹਦੇ ਉੱਪਰ ਤੁਸੀਂ ਦੇਖ ਪਾ ਰਹੇ ਹੋ ਕਿ ਅਲੱਗ ਅਲੱਗ ਡਾਇਆਮੀਟਰ ਦੀਆਂ ਪੁਲੀਜ਼ ਨੇ, ਠੀਕ ਹੈ ਜੀ। ਇਸੀ ਤਰ੍ਹਾਂ ਉਹਦੇ ਸਾਹਮਣੇ ਜਿੱਥੇ ਸਪਿੰਡਲ ਮਾਊਂਟਡ ਆ ਉਹਦੇ ਤੇ ਵੀ ਅਲੱਗ ਅਲੱਗ ਡਾਇਆਮੀਟਰ ਦੀਆਂ ਪੁਲੀਜ਼ ਅਟੈਚਡ ਨੇ। ਹੁਣ ਆਰ ਪੀ ਐਮ ਅਗਰ ਸਾਨੂੰ ਜ਼ਿਆਦਾ ਚਾਹੀਦੀ ਆ, ਹਾਈ ਸਪੀਡ ਚਾਹੀਦੀ ਆ, ਤਾਂ ਆਪਾਂ ਕੀ ਕਰਾਂਗੇ, ਇੱਥੇ ਸਭ ਤੋਂ ਵੱਡੇ ਡਾਇਆਮੀਟਰ ਤੇ ਬੈਲਟ ਚੜਾਵਾਂਗੇ, ਔਰ ਇਸ ਸਾਈਡ ਸਭ ਤੋਂ ਛੋਟੇ ਵਾਲੇ ਡਾਇਆਮੀਟਰ ਪੁਲੀ ਤੇ ਬੈਲਟ ਚੜਾਵਾਂਗੇ। ਉਹਦੇ ਨਾਲ ਕੀ ਹੋਏਗਾ, ਇਹਦੀ ਜਿਹੜੀ ਮੈਕਸੀਮਮ ਪਾਵਰ ਆ ਇਸ ਸਪਿੰਡਲ ਨੂੰ ਮਿਲੇਗੀ, ਸਪਿੰਡਲ ਜਿਹੜਾ ਆ ਹਾਈ ਸਪੀਡ ਤੇ ਰੋਟੇਟ ਕਰੇਗਾ। ਸੋ ਇਹੀ ਜਿਹੜਾ ਆ ਬੇਸਿਕ ਮਕੈਨਿਜ਼ਮ ਆ ਇਸ ਬੈਂਚ ਡ੍ਰਿਲਿੰਗ ਮਸ਼ੀਨ ਦਾ। ਜਿਹੜਾ ਵਰਕ ਪੀਸ ਆ ਵਿਦ ਐਗਜੈਕਟ ਲੋਕੇਸ਼ਨ ਆ ਉਹਨੂੰ ਮਾਰਕ ਕੀਤਾ ਜਾਂਦਾ ਆ, ਠੀਕ ਹੈ ਜੀ। ਐਂਡ ਸੈਂਟਰ ਪੰਚ ਦੇ ਨਾਲ ਜਿੱਥੇ ਆਪਾਂ ਡ੍ਰਿਲ ਕਰਨਾ ਆ ਆਪਾਂ ਉਹਨੂੰ ਕਲੈਂਪ ਕਰ ਦਿੰਦੇ ਆ, ਠੀਕ ਹੈ, ਵਰਕ ਟੇਬਲ ਦੇ ਉੱਪਰ। ਸਪਿੰਡਲ ਦੇ ਐਕਸਿਸ ਤੇ ਜਿਹੜਾ ਸੈਂਟਰ ਪੰਚ ਆ ਉਹ ਸੇਮ ਲਾਈਨ ਤੇ ਹੋਣੇ ਜ਼ਰੂਰੀ ਆ ਇਸ ਮਸ਼ੀਨ ਦੇ ਵਿੱਚ। ਇਹ ਜਿਹੜੀ ਮਸ਼ੀਨ ਆ ਇਹਨੂੰ ਸਟਾਰਟ ਕੀਤਾ ਜਾਂਦਾ ਆ, ਐਂਡ ਡ੍ਰਿਲ ਬਿਟ ਆ ਜਿਹੜੀ ਉਹਨੂੰ ਲੋਅਰ ਕੀਤਾ ਜਾਂਦਾ ਆ ਵਿਦ ਦੀ ਹੈਲਪ ਆਫ ਫੀਡ ਹੈਂਡਲ, ਠੀਕ ਹੈ ਜੀ। ਡ੍ਰਿਲ ਬਿਟ ਜਿਹੜੀ ਆ ਜਦੋਂ ਵਰਕ ਨੂੰ ਟੱਚ ਕਰਦੀ ਆ
वर्कपीस नूं टच कर दिया तां मटीरियल जिहड़ा आ ऑटोमैटिकली रिमूव होना स्टार्ट हो जांदा है। बेंच ड्रिलिंग मशीन दे विच आपां 1.5 तो लैके 20 mm होल्स जिहड़े आ स्टील दे विच ड्रिल कर सकदे आ, 20 mm डाया होल्स जिहड़े आ स्टील दे विच आपां ड्रिल कर सकदे आ। स्पिंडल दी जिहड़ी स्पीड आ उहनूं एडजस्ट कीता जांदा आ बाय शिफ्टिंग दी वी बेल्ट कनैक्टिंग ड्राइविंग एंड ड्रिवन पुलिस। सो ए जिहड़ी आ ड्रिविंग ड्रिवन पुली आ जिहड़ी जिहड़ी ड्राइव हुंदी आ, ठीक है जी, ए ड्राइविंग पुली आ। सो ए ए जिहड़ियां आ स्पीड्स आ इहनूं आपां एडजस्ट कर सकदे आ, मैं ऑलरेडी तुहानूं एक्सप्लेन कर चुका आ इहदे बारे। सो ए सीगी तुहाडी बेंच ड्रिलिंग मशीन, ठीक है जी। सो नैक्सट जिहड़ी ड्रिलिंग मशीन है दैट इज अपराइट ड्रिलिंग मशीन। जिहड़ी अपराइट ड्रिलिंग मशीन है इहदा जिहड़ा मकैनिज़म है, सो जिहड़ी अपराइट ड्रिलिंग मशीन दी आपां गल कर रहे हैं, ठीक है जी, इहनूं डिजाइन किया गया फॉर हैंडलिंग मीडियम साइज एंड जिहड़े मीडियम साइज तो भी घट जे साइज के जिहड़े वर्कपीस ने, मतलब लाइटर या फिर मीडियम साइज जिहड़े वर्कपीस आ उन्हां वास्ते इहनूं डिजाइन किया गया। इहदे जिहड़े कंस्ट्रक्शनल फीचर्स ने वह ऑलमोस्ट सेम ने बेंच ड्रिलिंग दे नाल, बट एक डिफरेंस आ, डिफरेंस की आ, ये जिहड़ी आ लार्जर है एंड हैवीअर है एंड इहनूं सप्लाई किया जाता आ विद पावर फीड मकैनिज़म। पावर फीड मकैनिज़म किदा, इस जगह मोटर लगी है, ठीक है, ठीक है, एंड इस जगह तो जिहड़ी ड्राइव आ ओवरहैड शाफ्ट नूं मिलदी है। ओवरहैड शाफ्ट जदों रोटेट करदी आ इह लगी आ पीनियन गेयर, ठीक है जी, इह इस स्पिंडल नूं रोटेट करदा आ, जदों स्पिंडल रोटेट करेगा तां ड्रिल बिट भी रोटेट करेगी। इस जगह साडे कोल की आ फीड हैंडल आ जिहड़ा कि ड्रिल बिट नूं उपर नीचे मूव करवांदा आ। ਇਹਦੇ ਵਿੱਚ ਨੰਬਰ ਆਫ ਸਪਿੰਡਲ ਸਪੀਡਸ ਆ ਜਿਹੜੀਆਂ ਜਾਂ ਫਿਰ ਫੀਡ ਫੋਰ ਡਿਫਰੈਂਟ ਡਰਿਲਿੰਗ ਵਰਕ ਆ ਉਹ ਜ਼ਿਆਦਾ ਅਵੇਲੇਬਲ ਆ ਐਜ ਕੰਪੇਅਰ ਟੂ ਬੈਂਚ ਡਰਿਲਿੰਗ ਮਸ਼ੀਨ। ਐਂਡ ਇਹਦੇ ਵਿੱਚ ਲਾਰਜ ਨੰਬਰ ਆਫ ਸਪਿੰਡਲ ਸਪੀਡਸ ਵੀ ਸਾਡੇ ਕੋਲ ਅਵੇਲੇਬਲ ਨੇ। ਇਹ ਮਸ਼ੀਨ ਬੇਸਿਕਲੀ ਦੋ ਟਾਈਪਸ ਦੇ ਵਿੱਚ ਆਉਂਦੀ ਆ, ਇੱਕ ਟਾਈਪ ਹੁੰਦੀ ਆ ਜਿਹਦੇ ਵਿੱਚ ਕੋਲਮ ਕੋਲਮ ਆ ਜਿਹੜਾ ਕੋਲਮ ਮਤਲਬ ਜਿਹੜਾ ਪਿੱਲਰ ਆ ਜਿਹਦੇ ਉੱਪਰ ਸਾਰੀ ਮਸ਼ੀਨ ਆਪਾਂ ਮਾਊਂਟ ਕੀਤੀ ਆ, ਉਹ ਇੱਕ ਆਉਂਦਾ ਜੀ ਰਾਊਂਡ ਕੋਲਮ, ਇੱਕ ਆਉਂਦਾ ਜੀ ਬੋਕਸ ਕੋਲਮ, ਠੀਕ ਹੈ ਜੀ। ਰਾਊਂਡ ਮਤਲਬ ਰਾਊਂਡ, ਬੋਕਸ ਮਤਲਬ ਜਿੱਦਾਂ ਸਕੇਅਰ ਸ਼ੇਪ ਦੇ ਵਿੱਚ ਪਿੱਲਰ ਹੁੰਦੇ ਆ ਉਸੀ ਸ਼ੇਪ ਦੇ ਵਿੱਚ ਇਹ ਮਸ਼ੀਨ ਸਾਡੇ ਕੋਲ ਅਵੇਲੇਬਲ ਆ, ਠੀਕ ਹੈ ਜੀ। ਇਹਦੇ ਵਿੱਚ ਕੁਛ ਐਕਸਟਰਾ ਐਡਜਸਟਮੈਂਟਸ ਵੀ ਆਪਾਂ ਕਰ ਸਕਦੇ ਹਾਂ। ਜੇ ਰਾਊਂਡ ਆ ਤਾਂ ਰਾਊਂਡ ਦੇ ਵਿੱਚ ਇਹ ਜਿਹੜਾ ਟੇਬਲ ਦਾ ਕਲੈਂਪ ਆ ਇਹਨੂੰ ਆਪਾਂ 180 degree ਜਾਂ ਕੁਛ ਡਿਗਰੀ ਤੱਕ ਇਹਨੂੰ ਆਪਾਂ ਰੋਟੇਟ ਵੀ ਕਰ ਸਕਦੇ ਹਾਂ, ਠੀਕ ਹੈ ਜੀ। ਸੋ ਇਹ ਸੀਗੀ ਤੁਹਾਡੀ ਅਪਰਾਈਟ ਡ੍ਰਿਲਿੰਗ ਮਸ਼ੀਨ। ਨੈਕਸਟ ਮੋਸਟ ਇੰਪੋਰਟੈਂਟ ਟਾਈਪ ਆਫ ਜਿਹੜੀ ਮਸ਼ੀਨ ਹੈ ਦੈਟ ਇਜ਼ ਰੇਡੀਅਲ ਡ੍ਰਿਲਿੰਗ ਮਸ਼ੀਨ। ਸੋ ਜਿਹੜਾ ਡ੍ਰਿਲਿੰਗ ਮਕੈਨਿਜ਼ਮ ਆ ਉਹ ਬਿਲਕੁਲ ਸੇਮ ਆ, ਵੀ ਜਿਹੜੀ ਸਪਿੰਡਲ ਨੂੰ ਡਰਾਈਵ ਮਿਲਦੀ ਆ ਉਹ ਮਿਲਦੀ ਆ ਵਿਦ ਦੀ ਹੈਲਪ ਆਫ ਮੋਟਰ। ਇਸ ਜਗ੍ਹਾ ਕੋਲਮ ਮਾਊਂਟਿਡ ਹੈ, ਇਹ ਹੈਗਾ ਸਰਕੂਲਰ ਫੋਰਮ ਦੇ ਵਿੱਚ। ਹੁਣ ਇਸ ਮਸ਼ੀਨ ਦੀ ਖਾਸ ਗੱਲ ਕੀ ਆ, ਇਹਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ, ਆਪਾਂ ਕਾਫੀ ਸਾਰੀਆਂ ਪੋਜੀਸ਼ਨਸ ਆ ਜਿਹੜੀਆਂ ਅਚੀਵ ਕਰ ਸਕਦੇ ਹਾਂ। ਸਭ ਤੋਂ ਪਹਿਲੀ ਪੋਜੀਸ਼ਨ ਤੁਹਾਨੂੰ ਮੈਂ ਦੱਸਦਾ ਹਾਂ, ਇਹ ਜਿਹੜਾ ਜਿੱਥੇ ਮੇਰਾ ਕਰਜ਼ਰ ਇਸ ਟਾਈਮ ਹੈ, ਠੀਕ ਹੈ ਜੀ, ਇਹ ਮਾਊਂਟਿੰਗ ਉੱਪਰ ਨੀਚੇ ਮੂਵ ਕਰ ਸਕਦੀ ਹੈ। ਸਭ ਤੋਂ ਪਹਿਲੀ ਪੋਜੀਸ਼ਨ ਇਹ ਹੈ, ਮਤਲਬ ਆਹ ਜਿਹੜਾ ਪੂਰਾ ਦਾ ਪੂਰਾ ਮਕੈਨਿਜ਼ਮ ਆ ਇਹ ਉੱਪਰ ਨੀਚੇ ਮੂਵ ਕਰ ਸਕਦਾ। ਇਹ ਜਿਹੜੀ ਆਰਮ ਹੈ, ਆਰਮ ਨੂੰ ਆਪਾਂ ਉੱਪਰ ਨੀਚੇ ਮੂਵ ਕਰਵਾ ਸਕਦੇ ਹਾਂ। ਦੂਸਰੀ ਪੋਜੀਸ਼ਨ ਕੀ ਹੈ, ਇਹ ਪੂਰੀ ਦੀ ਪੂਰੀ ਆਰਮ ਨੂੰ ਆਪਾਂ 360 degree ਰੋਟੇਟ ਵੀ ਕਰ ਸਕਦੇ ਹਾਂ ਅਬਾਊਟ ਦਿਸ ਕੋਲਮ। ਹੁਣ ਇਸ ਕੋਲਮ ਦੇ ਅਬਾਊਟ 360 degree ਆਪਾਂ ਇਸ ਪੂਰੀ ਆਰਮ ਨੂੰ ਰੋਟੇਟ ਵੀ ਕਰ ਸਕਦੇ ਹਾਂ, ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਚੀਜ਼ ਕੀ ਆ, ਇਹ ਜਿਹੜਾ ਡ੍ਰਿਲਿੰਗ ਹੈਡ ਆ, ਠੀਕ ਹੈ ਜੀ, ਜਿੱਥੇ ਸਪਿੰਡਲ ਦੀ ਮੋਟਰ ਲੱਗੀ ਆ, ਇਸ ਹੈਡ ਨੂੰ ਆਪਾਂ ਲੈਫਟ ਰਾਈਟ ਜਿੱਥੋਂ ਤੱਕ ਇਸ ਆਰਮ ਦੀ ਲੈਂਥ ਆ ਇਹਨੂੰ ਆਪਾਂ ਲੈਫਟ ਰਾਈਟ ਮੂਵ ਕਰਵਾ ਸਕਦੇ ਹਾਂ ਹੋਰੀਜ਼ੋਂਟਲੀ, ਠੀਕ ਹੈ ਜੀ। ਸੋ ਇਹ ਇਹ ਵੀ ਪੋਜੀਸ਼ਨ ਆਪਾਂ ਇਹਨੂੰ ਅਚੀਵ ਕਰ ਸਕਦੇ ਹਾਂ। ਇਹਦੇ ਵਿੱਚ ਵੀ ਆਪਾਂ ਡ੍ਰਿਲ ਨੂੰ ਉੱਪਰ ਨੀਚੇ ਐਡਜਸਟ ਕਰ ਸਕਦੇ ਹਾਂ। ਐਂਡ ਇਹ ਜਿਹੜੀ ਹੈਡ ਆ ਇਹਨੂੰ ਆਪਾਂ ਇਨਕਲਾਈਨਡ ਵੀ ਕਰ ਸਕਦੇ ਹਾਂ ਕਿਸੇ ਐਂਗਲ ਤੇ, ਪਰਟੀਕੁਲਰ ਐਂਗਲ ਤੇ, ਠੀਕ ਹੈ ਜੀ। ਸੋ ਆਹ ਬੇਸਿਕ ਜਿਹੜਾ ਡਿਫਰੈਂਸ ਮੈਂ ਤੁਹਾਨੂੰ ਦੱਸਿਆ ਰੇਡੀਅਲ ਡ੍ਰਿਲਿੰਗ ਮਸ਼ੀਨ ਦਾ, ਕਾਫੀ ਇੰਪੋਰਟੈਂਟ ਟਾਈਪ ਹੈ ਤੁਹਾਡੇ ਡ੍ਰਿਲਿੰਗ ਚੈਪਟਰ ਦੀ। ਸੋ ਇਹਨੂੰ ਆਪਾਂ ਡਿਸਕਸ ਕਰਦੇ ਹਾਂ ਹੁਣ ਇਹਦੀ ਵਰਕਿੰਗ ਕੀ ਆ। ਇਹ ਜਿਹੜੀ ਆ
ਇਹਨੂੰ ਬਣਾਇਆ ਗਿਆ ਫੋਰ ਮੀਡੀਅਮ ਟੂ ਲਾਰਜ ਹੈਵੀ ਵਰਕਪੀਸ ਲਈ, ਠੀਕ ਹੈ ਜੀ। ਇਸ ਤੋਂ ਪਹਿਲਾਂ ਵਾਲੀ ਮੀਡੀਅਮ ਵਰਕਪੀਸ ਲਈ ਸੀਗੀ। ਐਂਡ ਇਸ ਮਸ਼ੀਨ ਦੀ ਹੈਲਪ ਦੇ ਨਾਲ ਜਿਹੜਾ ਟੂਲ ਆ ਉਹਨੂੰ ਆਪਾਂ ਕਿਸੇ ਵੀ ਪੋਜੀਸ਼ਨ ਦੇ ਵਿੱਚ, ਡਿਜ਼ਾਇਰਡ ਪੋਜੀਸ਼ਨ ਦੇ ਵਿੱਚ ਮੂਵ ਕਰਵਾ ਸਕਦੇ ਹਾਂ, ਠੀਕ ਹੈ ਜੀ, ਜਿਹੜਾ ਕਿ ਕਿਸੇ ਹੋਰ ਡਰਿਲਿੰਗ ਮਸ਼ੀਨ ਦੇ ਵਿੱਚ ਪੋਸੀਬਲ ਨਹੀਂ ਹੈ। ਉਹ ਕਿਹੜੀਆਂ ਕਿਹੜੀਆਂ ਪੋਜੀਸ਼ਨਸ ਨੇ ਉਹ ਮੈਂ ਤੁਹਾਨੂੰ ਆਲਰੇਡੀ ਐਕਸਪਲੇਨ ਕਰ ਚੁੱਕਾ ਹਾਂ। ਹੁਣ ਇਹਦਾ ਇੱਕ ਬੇਸ ਆ ਜਿਹਦੇ ਉੱਪਰ ਸਿਲੈਂਡਰੀਕਲ ਵਰਟੀਕਲ ਕਾਲਮ ਮਾਊਂਟਿਡ ਆ, ਇਹ ਬੇਸ ਆ ਜੀ। ਇਹਦੇ ਉੱਪਰ ਸਿਲੈਂਡਰੀਕਲ ਕਾਲਮ ਜਿਹੜਾ ਆ ਉਹਨੂੰ ਮਾਊਂਟ ਕੀਤਾ ਗਿਆ ਹੈ। ਜਿਹੜਾ ਕਾਲਮ ਆ ਉਹਦੇ ਉੱਪਰ ਇੱਕ ਰੇਡੀਅਲ ਆਰਮ ਲੱਗੀ ਹੈ, ਠੀਕ ਹੈ, ਜਿਹਨੂੰ ਆਪਾਂ ਉੱਪਰ ਨੀਚੇ ਮੂਵ ਕਰਵਾ ਸਕਦੇ ਹਾਂ ਵਿਦ ਦੀ ਹੈਲਪ ਆਫ ਸੈਪਰੇਟ ਮੋਟਰ। ਐਂਡ ਇਹਨੂੰ ਆਪਾਂ ਲੌਕ ਵੀ ਕਰ ਸਕਦੇ ਹਾਂ ਕਿਸੇ ਵੀ ਡਿਜ਼ਾਇਰਡ ਹਾਈਟ ਤੇ। ਜਿਹੜੀ ਆਰਮ ਹੈ ਉਹਨੂੰ ਆਪਾਂ ਕਿਸੇ ਵੀ ਡਿਜ਼ਾਇਰਡ ਐਂਗਲ ਤੇ ਸਵਿੰਗ ਕਰਵਾ ਸਕਦੇ ਹਾਂ। ਡ੍ਰਿਲਿੰਗ ਹੈਡ ਜਿਹੜਾ ਜਿਹਨੂੰ ਆਪਾਂ ਸਪਿੰਡਲ ਹੈਡ ਵੀ ਕਹਿੰਦੇ ਹਾਂ ਉਹ ਆਰਮ ਦੇ ਉੱਪਰ ਮਾਊਂਟ ਕੀਤਾ ਆ, ਠੀਕ ਹੈ, ਜਿਹਦੇ ਉੱਪਰ ਉਹ ਈਜ਼ੀਲੀ ਸਲਾਈਡ ਕਰ ਸਕਦਾ ਆ। ਇਹ ਜਿਹੜੀਆਂ ਤਿੰਨ ਮੂਵਮੈਂਟਸ ਆ ਇਹ ਪਰਮਿਟ ਕਰਦੀਆਂ ਡ੍ਰਿਲਿੰਗ ਐਟ ਐਨੀ ਪਰਟੀਕੁਲਰ ਪੋਜੀਸ਼ਨ ਜਿਹੜੀ ਕਿ ਕਿਸੇ ਹੋਰ ਮਸ਼ੀਨ ਦੇ ਉੱਪਰ ਪੋਸੀਬਲ ਨਹੀਂ ਹੈ। ਰੇਡੀਅਲ ਡ੍ਰਿਲਿੰਗ ਮਸ਼ੀਨ ਦੀਆਂ ਬੇਸਿਕਲੀ ਤਿੰਨ ਟਾਈਪਸ ਆਉਂਦੀਆਂ ਆ। ਇੱਕ ਆਉਂਦੀ ਆ ਪਲੇਨ ਰੇਲੀਅਲ ਡ੍ਰਿਲਿੰਗ ਮਸ਼ੀਨ, ਇਹਦੇ ਵਿੱਚ ਪ੍ਰੋਵੀਜ਼ਨਸ ਹੁੰਦੇ ਨੇ ਫੋਰ ਵਰਟੀਕਲ ਐਡਜਸਟਮੈਂਟ ਆਫ ਆਰਮ ਐਂਡ ਹੋਰੀਜ਼ੋਨਟਲ ਮੂਵਮੈਂਟ ਆਫ ਡ੍ਰਿਲ ਹੈਡ। ਹੁਣ ਡ੍ਰਿਲ ਹੈਡ ਇੱਥੇ ਆ, ਇਹਦੀ ਹੋਰੀਜ਼ੋਨਟਲ ਮੂਵਮੈਂਟ ਤੇ ਸਰਕੂਲਰ ਮੂਵਮੈਂਟ ਦੀ ਪ੍ਰੋਵੀਜ਼ਨ ਹੁੰਦੀ ਆ। ਸੈਮੀ ਯੂਨੀਵਰਸਲ ਮਸ਼ੀਨ ਕਿਹੜੀ ਆ, ਇਹਦੇ ਵਿੱਚ ਤਿੰਨ ਮੂਵਮੈਂਟਸ ਪਲੇਨ ਰੇਡੀਅਲ ਮਸ਼ੀਨ ਦੀਆਂ, ਐਂਡ ਜਿਹੜੀ ਚੌਥੀ ਮੂਵਮੈਂਟ ਆ ਜਿਹੜੀ ਕਿ ਪਰਮਿਟ ਕਰਦੀ ਆ ਡ੍ਰਿਲ ਹੋਲ ਐਟ ਪਰਟੀਕੁਲਰ ਐਂਗਲ, ਤੁਹਾਨੂੰ ਮੈਂ ਦੱਸਿਆ ਸੀ ਇਹਨੂੰ ਆਪਾਂ ਕਿਸੇ ਵੀ ਐਂਗਲ ਤੇ ਐਡਜਸਟ ਕਰ ਸਕਦੇ ਹਾਂ। ਸੋ ਇਹ ਚੌਥੀ ਪੋਜੀਸ਼ਨ ਹੋ ਗਈ। ਯੂਨੀਵਰਸਲ ਰੇਡੀਅਲ ਡ੍ਰਿਲਿੰਗ ਮਸ਼ੀਨ ਕੀ ਆ, ਤੀਜੀ ਟਾਈਪ ਆ ਇਸ ਰੇਡੀਅਲ ਡ੍ਰਿਲਿੰਗ ਮਸ਼ੀਨ ਦੀ। ਇਹਦੇ ਵਿੱਚ ਆਪਾਂ ਫੋਰ ਮੂਵਮੈਂਟਸ ਤੋਂ ਇਲਾਵਾ ਜਿਹੜੀ ਫਿਫਥ ਮੂਵਮੈਂਟ ਆ ਜਿਹੜੀ ਆਰਮ ਹੋਲਡ ਕਰਦੀ ਪਈ ਆ ਡ੍ਰਿਲ ਹੈਡ ਨੂੰ, ਉਹਨੂੰ ਵੀ ਆਪਾਂ ਰੋਟੇਟ ਕਰ ਸਕਦੇ ਹਾਂ। ਆ ਜਿਹੜੀ ਆਰਮ ਹੈ ਇਹਨੂੰ ਵੀ ਪੂਰਾ ਆਪਾਂ 360 ਡਿਗਰੀ ਤੱਕ ਘੁਮਾ ਸਕਦੇ ਹਾਂ, ਠੀਕ ਹੈ ਜੀ। ਸੋ ਇਹ ਬੇਸਿਕਲੀ ਪੰਜ ਪੋਜੀਸ਼ਨਸ ਹੋ ਗਈਆਂ। ਇੱਕ ਹੋ ਗਈ ਵਰਟੀਕਲ ਐਡਜਸਟਮੈਂਟ ਵਾਲੀ, ਇੱਕ ਹੋ ਗਈ ਸਵਿੰਗ ਕਰਨ ਵਾਲੀ, ਠੀਕ ਹੈ ਜੀ, ਇੱਕ ਇਸ ਹੈਡ ਨੂੰ ਅੱਗੇ ਪਿੱਛੇ ਮੂਵ ਕਰਵਾਉਣ ਵਾਲੀ, ਇੱਕ ਜਿਹੜੀ ਆ ਆਰਮ ਨੂੰ 360 ਡਿਗਰੀ ਘੁਮਾਉਣ ਵਾਲੀ, ਤੇ ਇਹ ਜਿਹੜਾ ਡ੍ਰਿਲਿੰਗ ਹੈਡ ਆ ਪੰਜਵੀਂ ਪੋਜੀਸ਼ਨ ਜਿਹੜੀ ਆਪਾਂ ਤੁਹਾਨੂੰ ਦੱਸੀ ਹੈ ਕਿਸੇ ਵੀ ਐਂਗਲ ਤੇ ਆਪਾਂ ਇਹਨੂੰ ਐਡਜਸਟ ਕਰ ਸਕਦੇ ਹਾਂ। ਸੋ ਸਟੂਡੈਂਟਸ ਇਹ ਸੀਗੀ ਤੁਹਾਡੀ ਰੇਡੀਅਲ ਡ੍ਰਿਲਿੰਗ ਮਸ਼ੀਨ, ਠੀਕ ਹੈ ਜੀ। ਇਹਦੇ ਵਿੱਚ ਮੈਂ ਟਾਈਪਸ ਵੀ ਐਕਸਪਲੇਨ ਕੀਤੀਆਂ, ਤੁਸੀਂ ਪੋਜ਼ ਕਰਕੇ ਇਹਨੂੰ ਨੋਟ ਕਰ ਸਕਦੇ ਹੋ। ਸੋ ਨੈਕਸਟ ਇਜ਼ ਮਲਟੀਪਲ ਡ੍ਰਿਲ ਹੈਡ ਡ੍ਰਿਲਿੰਗ ਮਸ਼ੀਨ। ਮਲਟੀਪਲ ਦਾ ਮਤਲਬ ਆ ਜਿੱਥੇ ਕਿ ਡ੍ਰਿਲ ਹੈਡ ਸਾਡੇ ਕੋਲ ਇੱਕ ਤੋਂ ਜ਼ਿਆਦਾ ਹੋਣ, ਠੀਕ ਹੈ, ਜਿੱਥੇ ਆਪਾਂ ਕਾਫੀ ਸਾਰੇ ਡ੍ਰਿਲ ਬਿਟਸ ਨੂੰ ਐਡਜਸਟ ਕਰ ਪਾਈਏ। ਇਹ ਮਸ਼ੀਨ ਦੇ ਵਿੱਚ ਮਲਟੀਪਲ ਡ੍ਰਿਲ ਹੈਡਸ ਹੁੰਦੇ ਆ। ਕਿਉਂ ਹੁੰਦੇ ਆ? ਫੋਰ ਮਾਸ ਪ੍ਰੋਡਕਸ਼ਨ, ਜਿੱਥੇ ਆਪਾਂ ਨੂੰ ਪ੍ਰੋਡਕਸ਼ਨ ਜ਼ਿਆਦਾ ਕਰਨ ਦੀ ਲੋੜ ਹੁੰਦੀ ਆ। ਇਹ ਫਰਦਰ ਦੋ ਹਿੱਸਿਆਂ 'ਚ ਡਿਵਾਈਡਡ ਕੀਤੀ ਗਈ ਆ। ਇੱਕ ਹੈ ਨੋਨ ਐਡਜਸਟੇਬਲ ਸਪਿੰਡਲ ਮਸ਼ੀਨ, ਜਿਹਦੇ ਵਿੱਚ ਸਪਿੰਡਲ ਹੈਡ ਦੀ ਪੋਜੀਸ਼ਨ ਨੂੰ ਆਪਾਂ ਚੇਂਜ ਨਹੀਂ ਕਰ ਸਕਦੇ। ਸੋ ਇਹ ਨੋਨ ਐਡਜਸਟੇਬਲ ਹੈਡ ਆ। ਇੱਥੇ ਤੁਸੀਂ ਦੇਖ ਲਓ ਕਿਤੇ ਵੀ ਪ੍ਰੋਵੀਜ਼ਨ ਨਹੀਂ ਆ ਹੈਡ ਨੂੰ ਐਡਜਸਟ ਕਰਨ ਦਾ, ਹੈਡ ਦੀ ਪੋਜੀਸ਼ਨ ਐਡਜਸਟ ਨਹੀਂ ਕੀਤੀ ਜਾ ਸਕਦੀ। ਬਟ ਜਿਹੜੀ ਐਡਜਸਟੇਬਲ ਸਪਿੰਡਲ ਮਸ਼ੀਨ ਹੈ ਇਹਦੇ ਵਿੱਚ ਆਪਾਂ ਸਪਿੰਡਲ ਦੀ ਜਿਹੜੀ ਪੋਜੀਸ਼ਨ ਹੈ ਉਹਨੂੰ ਐਡਜਸਟ ਕਰ ਸਕਦੇ ਹਾਂ। ਇੱਥੇ ਐਲਨ ਕੀ ਲਗਾ ਕੇ ਆਪਾਂ ਇਹਦੀ ਪੋਜੀਸ਼ਨ ਨੂੰ ਚੇਂਜ ਵੀ ਕਰ ਸਕਦੇ ਹਾਂ, ਠੀਕ ਹੈ ਜੀ। ਸੋ ਬੇਸਿਕ ਇਹਦਾ ਪਰਪਸ ਇਹੀ ਹੈ ਵੀ ਮਾਸ ਪ੍ਰੋਡਕਸ਼ਨ ਦੇ ਵਿੱਚ ਇਹਨੂੰ ਯੂਜ਼ ਕੀਤਾ ਜਾਂਦਾ ਹੈ। ਨੈਕਸਟ ਇਜ਼ ਗੈਂਗ ਡ੍ਰਿਲਿੰਗ ਮਸ਼ੀਨ। ਗੈਂਗ ਦਾ ਮਤਲਬ ਹੁੰਦਾ ਹੈ ਗਰੁੱਪ ਆਫ ਮੈਂਬਰਸ। ਸੋ ਇਹ ਕੀ ਹੈ? ਇੱਕ ਮਲਟੀਪਲ ਸਪਿੰਡਲ ਡ੍ਰਿਲਿੰਗ ਮਸ਼ੀਨ ਹੈ ਜਿਹਦੇ ਵਿੱਚ ਸਪਿੰਡਲਸ ਨੇ ਜੋ ਉਹ ਰੋ ਦੇ ਵਿੱਚ ਅਰੇਂਜ ਕੀਤੇ ਗਏ ਹੈ, ਠੀਕ ਹੈ ਜੀ। ਸਪਿੰਡਲਸ ਨੇ ਜੋ ਉਹਨਾਂ ਨੂੰ ਅਸੀਂ ਇਕੱਠੇ ਵੀ ਓਪਰੇਟ ਕਰ ਸਕਦੇ ਹਾਂ ਤੇ ਸੈਪਰੇਟਲੀ ਵੀ। ਮਤਲਬ ਇਹ ਨਹੀਂ ਹੈ ਕਿ ਅਗਰ ਇੱਕ ਚੀਜ਼ ਚੱਲ ਰਹੀ ਹੈ ਤੇ ਸਾਰੀਆਂ ਚੱਲਣਗੀਆਂ। ਆਪਾਂ ਕਿਸੇ ਵੀ ਟਾਈਮ ਤੇ ਕਿਸੇ ਵੀ ਸਪਿੰਡਲ ਨੂੰ ਮੂਵ ਕਰਵਾ ਸਕਦੇ ਹਾਂ। ਤੇ ਕਿਹੜੇ ਕਿਹੜੇ ਓਪਰੇਸ਼ਨ ਪਰਫੋਰਮ ਹੁੰਦੇ ਨੇ ਇਹਦੇ ਤੇ? ਜਿੱਦਾਂ ਕਿ ਡ੍ਰਿਲਿੰਗ ਹੋ ਗਿਆ, ਰੀਮਿੰਗ ਹੋ ਗਿਆ, ਕਾਊਂਟਰ ਬੋਰਿੰਗ ਹੋ ਗਿਆ, ਟੈਪਿੰਗ ਹੋ ਗਿਆ। ਇਸ ਮਸ਼ੀਨ ਦਾ ਜਿਹੜਾ ਟੇਬਲ ਆ ਉਹ ਫਿਕਸ ਹੋਏਗਾ ਜਾਂ ਫਿਰ ਐਡਜਸਟੇਬਲ ਹੋਏਗਾ, ਡਿਪੈਂਡ ਕਿਤੇ ਕਰੇਗਾ ਵੀ ਸਾਡਾ ਕੰਮ ਕਿੱਦਾਂ ਦਾ, ਠੀਕ ਹੈ ਜੀ। ਅਗਲੇ ਸਟੇਸ਼ਨ, ਜਿੱਦਾਂ ਮਤਲਬ ਇੱਕ ਸਟੇਸ਼ਨ ਤੇ ਆਪਾਂ ਡ੍ਰਿਲਿੰਗ ਪਰਫੋਰਮ ਕਰ ਲਈ, ਉਸ ਤੋਂ ਬਾਅਦ ਉਹਨੂੰ ਅਗਲੇ ਸਟੇਸ਼ਨ ਤੇ ਮੂਵ ਕਰਵਾ ਸਕਦੇ ਹਾਂ। ਸਪਿੰਡਲ ਦੀ ਜਿਹੜੀ ਅਮਾਊਂਟ ਆ ਉਹਨੂੰ ਇਨਕਰੀਜ਼ ਕੀਤਾ ਜਾ ਸਕਦਾ ਆ, ਐਂਡ ਸਿਰਫ ਇੱਕ ਹੀ ਓਪਰੇਟਰ ਆ ਜਿਹੜਾ ਇਹਨੂੰ ਕੰਟਰੋਲ ਕਰ ਸਕਦਾ ਹੈ। ਸੋ ਸਟੂਡੈਂਟਸ ਇਹ ਸੀਗਾ ਤੁਹਾਡਾ ਅੱਜ ਦਾ ਟੋਪਿਕ, ਜਿਹਦੇ ਵਿੱਚ ਆਪਾਂ ਬਹੁਤ ਡਿਟੇਲ ਦੇ ਵਿੱਚ ਟਾਈਪਸ ਆਫ ਡ੍ਰਿਲਿੰਗ ਮਸ਼ੀਨਸ ਨੇ ਜਿਹੜੀਆਂ ਉਹਨਾਂ ਨੂੰ ਡਿਸਕਸ ਕੀਤਾ ਸੀ, ਠੀਕ ਹੈ ਜੀ। ਆਪਣੇ ਨੈਕਸਟ ਲੈਕਚਰ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਵੇਰੀਅਸ ਟਾਈਪਸ ਆਫ ਡ੍ਰਿਲ ਬਿਟਸ ਨੇ ਜਿਹੜੇ ਉਹ ਕਿਹੜੇ ਕਿਹੜੇ ਨੇ, ਐਂਡ ਉਹਨਾਂ ਨੂੰ ਆਪਾਂ ਕਿੱਥੇ ਯੂਜ਼ ਕਰਦੇ ਹਾਂ ਤੇ
ਅਲੱਗ ਅਲੱਗ ਡਰਿਲ ਬਿਟਸ ਦੇ ਅਲੱਗ ਅਲੱਗ ਪਰਪਸ ਕੀ ਨੇ, ਠੀਕ ਹੈ ਜੀ। ਇਸ ਲੈਕਚਰ ਦੇ ਖਤਮ ਹੋਣ ਤੋਂ ਬਾਅਦ ਤੁਸੀਂ ਜ਼ੂਮ ਮੀਟਿੰਗ ਦੇ ਵਿੱਚ ਜਾਂ ਫਿਰ ਪਰਸਨਲੀ ਮੈਨੂੰ ਵਟਸਐਪ ਤੇ ਕੋਈ ਅਗਰ ਤੁਹਾਡਾ ਡਾਊਟ ਹੈ ਤਾਂ ਮੈਸੇਜ ਜ਼ਰੂਰ ਕਰ ਸਕਦੇ ਹੋ। ਸੋ ਥੈਂਕ ਯੂ।